ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਨਾਲ ਸੁਰਖੀਆਂ ਵਿੱਚ ਰਹੇ ਅਤੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਹੁਣ ਬਾਹਰ ਆ ਚੁੱਕੇ ਸੁੱਚਾ ਸਿੰਘ ਲੰਗਾ ਫਿਰ ਤੋਂ ਗਰਜਣ ਲੱਗੇ ਨੇ। ਸ੍ਰੀ ਅਕਾਲ ਤਖਤ ਸਾਹਿਬ ਨੂੰ ਪੰਥ ਵਿੱਚੋਂ ਛੇਕੇ ਜਾ ਚੁੱਕੇ ਸੁੱਚਾ ਸਿੰਘ ਲੰਗਾ ਭਾਵੇਂ ਪੰਥ ਵਿੱਚ ਅਜੇ ਵਾਪਸ ਨਹੀਂ ਆਏ ਪਰ ਉਹ ਸਿਆਸਤ ਵਿੱਚ ਵਾਪਸ ਆ ਚੁੱਕੇ ਨੇ ਅਤੇ ਆਉਂਦੇ ਹੀ ਉਹਨਾਂ ਨੇ ਅਕਾਲੀਆਂ ਉੱਪਰ ਕੀਤੇ ਜਾ ਰਹੇ ਝੂਠੇ ਪਰਚਿਆਂ ਦੇ ਖਿਲਾਫ ਕਾਂਗਰਸ ਦੇ ਨਾਲ ਨਾਲ ਪੰਜਾਬ ਪੁਲਿਸ ਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਜਿਵੇਂ ਹਲਕੇ ਵਿੱਚ ਬਹੁਤ ਵੱਡਾ ਜ਼ੁਲਮ ਹੋ ਰਿਹਾ ਇਸ ਪਿੰਡ ਵਿੱਚ ਵੀ ਆਪਣੇ ਸਾਡੇ ਵਰਕਰਾਂ ਨੂੰ ਤੈਸ਼ ਨੈਸ਼ ਕਰਨ ਲਈ ਦਹਿਸ਼ਤ ਪਾਉਣ ਲਈ ਇਹ ਗੋਲਡੀ ਸਾਬਕਾ ਸਰਪੰਚ ਆ ਸਾਡਾ ਇੱਥੇ ਕਿਉਂਕਿ ਐਰਕਾਂ 'ਤੇ ਇਹਨਾਂ ਨੇ ਜ਼ਬਰਦਸਤੀ ਕੋਈ ਇਲੈਕਸ਼ਨ ਹੋਣ ਹੀ ਨਹੀਂ ਦਿੱਤੀ। ਇਹ ਸਾਬਕਾ ਸਰਪੰਚ ਹੈ ਇਹਦੇ ਘਰ ਉੱਤੇ ਹਮਲਾ ਕਰ ਦਿੱਤਾ। ਕੱਲ੍ਹ ਬਹੁਤ ਵੱਡੀ ਮੀਟਿੰਗ ਹੋਈ ਸੀਗੀ ਕਲਾਨੌਰ ਜਿਹਦੇ ਤੋਂ ਬਖਲਾ ਗਏ ਨੇ। ਇਹਨਾਂ ਆਪਣੇ ਵਰਕਰਾਂ ਨੂੰ ਕਿਹਾ ਵਾ ਕਿ ਪਿੰਡਾਂ ਵਿੱਚ ਜਾ ਕੇ ਜਿਹੜੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਵਰਕਰ ਨੇ ਉਹਨਾਂ ਦੇ ਬੂਹਿਆਂ 'ਚ ਜਾ ਕੇ ਚੀਕਾਂ ਮਾਰੋ, ਸ਼ਰਾਬ ਪਿਆ ਕੇ ਗੁੰਡਾਗਰਦੀ ਕਰੋ। ਇਹੋ ਹੀ ਗੁੰਡਾਗਰਦੀ ਦਾ ਨੰਗਾ ਨਾਚ ਇਸ ਪਿੰਡ ਵਿੱਚ ਹੋਇਆ ਵਾ ਅਤੇ ਗੋਲਡੀ ਸਰਪੰਚ ਦੇ ਉੱਤੇ ਹਮਲਾ ਕੀਤਾ ਵਾ ਅਤੇ ਅਖੀਰ ਵਿੱਚ ਪਰਚਾ ਕਰਨ ਦੀ ਬਜਾਏ ਇਨਸਾਫ ਦੇਣ ਦੀ ਬਜਾਏ ਇਹ ਸਾਡੇ ਸਾਬਕਾ ਸਰਪੰਚ ਗੋਲਡੀ ਜੀ 'ਤੇ ਪਰਚਾ ਕਰ ਦਿੱਤਾ, ਇਹਦੀ ਘਰਵਾਲੀ 'ਤੇ ਪਰਚਾ ਕਰ ਦਿੱਤਾ। ਨਾ ਕੋਈ ਉਹਨਾਂ ਨੂੰ ਸੱਟ, ਨਾ ਕੋਈ ਗੱਲ, ਨਾ ਕੋਈ ਬਾਤ ਅਤੇ ਬਾਹਰੋਂ ਗੁੰਡਾਗਰਦੀ ਆ ਕੇ ਲੋਕਾਂ ਨੇ ਇੱਥੇ ਕੀਤੀ ਹੈ ਅਤੇ ਮੈਂ ਸਮਝਣਾ ਇਹ ਸਭ ਬੰਨੇ ਜਿਹੜੇ ਨੇ ਹੱਦਾਂ ਟੱਪ ਗਏ ਨੇ। ਮੈਂ ਇਸ ਪੁਲਿਸ ਨੂੰ ਵੀ ਕਹਿਣਾ ਚਾਹੁੰਦਾ ਵਾਂ ਕਿ ਅਸੀਂ ਸਾਰੇ ਭਰਾ ਵਾਂ, ਲੋਕਤੰਤਰ ਵਿੱਚ ਰਹਿੰਦੇ ਹਾਂ, ਡੈਮੋਕ੍ਰੇਸੀ ਸਾਡੀ ਜਿਹੜੀ ਹੈ ਉਹ ਮਾਂ ਹੈ ਇਸ ਦੇਸ਼ ਦੀ, ਪਰ ਤੁਸੀਂ ਵੀ ਇੱਥੇ ਨੌਕਰੀ ਕਰਨੀ ਹੈ। ਅੱਜ ਸਰਕਾਰ ਕਾਂਗਰਸ ਦੀ ਹੈ, ਕੱਲ੍ਹ ਨੂੰ ਸਰਕਾਰ ਸਾਡੀ ਆਉਣੀ ਹੈ ਅਤੇ ਇਹ ਤੁਹਾਨੂੰ ਲੈਣੀਆਂ ਦੇਣੀਆਂ ਜਿਹੜੀਆਂ ਨੇ ਦੇਣੀਆਂ ਪੈਣੀਆਂ ਨੇ, ਤੁਸੀਂ ਆਪਣੀ ਜ਼ਮੀਰ ਤੋਂ ਕੰਮ ਲਵੋ। ਇਸ ਸੁਖਜਿੰਦਰ ਸਿੰਘ ਜਿਹੜਾ ਇਸ ਹਲਕੇ ਦਾ MLA ਆ, ਮਿਨਿਸਟਰ ਆ, ਉਹਦੀ ਸ਼ਹਿਰ ਤੋਂ ਬਗੈਰ ਹੋਰ ਕਿਹੜਾ ਕਿਸੇ ਦਾ ਪੱਤਾ ਵੀ ਨਹੀਂ ਹਿਲਦਾ। ਹਾਂ ਅਸੀਂ ਅਗਲੀ ਕਾਰਵਾਈ ਜਿਹੜੀ ਹੈ ਥਾਣੇ ਦਾ ਘਰਾਓ ਵੀ ਕਰ ਸਕਦੇ ਹਾਂ, SSP ਦੇ DC ਦੇ ਦਫ਼ਤਰ ਅੱਗੇ ਧਰਨਾ ਵੀ ਦੇ ਸਕਦੇ ਹਾਂ, ਇਲੈਕਸ਼ਨ ਕਮਿਸ਼ਨ ਦੇ ਜਿਹੜਾ ਵਾ ਉਹਦੇ ਤੱਕ ਵੀ ਪਹੁੰਚ ਕਰ ਸਕਦੇ ਹਾਂ। ਜੋ ਡੈਮੋਕ੍ਰੇਸੀ ਦੇ ਨਾਲ ਅਸੀਂ ਕਰ ਸਕਦੇ ਹਾਂ ਅਸੀਂ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ।